ਸੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤ ਦਿਨ ਬਰ ਦਿਨ ਵੱਧ ਰਹੀਆਂ ਹਨ। ਜੀ ਹਾਂ, ਪਿੰਡ ਪਰਾਗਪੁਰ ਬਲਾਕ ਔੜ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਚੋਰ ਕੰਧ ਟੱਪ ਕੇ ਆਏ ਹੋਏ ਸਨ ਅਤੇ ਘਰਦਿਆਂ ਨੇ ਦੱਸਿਆ ਕਿ ਘਰ ਦੇ ਸਾਰੇ ਮੈਂਬਰ ਘਰ ਦੇ ਬਾਹਰ ਵਿਹੜੇ ਵਿੱਚ ਰਾਤ 11 ਵਜੇ ਸੁੱਤੇ ਅਤੇ ਘਰ ਵਾਲਿਆਂ ਦੇ ਦੱਸਣ ਮੁਤਾਬਕ ਗਲੀ ਵਿੱਚ ਦਿਨ ਨੂੰ ਕੁਝ ਨਸ਼ੇੜੀ ਘੁੰਮ ਰਹੇ ਸਨ। ਘਰ ਵਾਲੇ ਨੇ ਕਿਹਾ ਉਹਨਾਂ ਨਸ਼ੇੜੀਆਂ ਨੂੰ ਅਸੀਂ ਫੜਿਆ ਵੀ ਅਤੇ ਉਹਨਾਂ ਦੇ ਚਪੇੜਾਂ ਵੀ ਲਗਾਈਆਂ ਸਨ। ਸਾਨੂੰ ਸ਼ੱਕ ਹੈ ਕਿ ਇਹ ਕੰਮ ਉਹਨਾਂ ਨਸ਼ੇੜੀਆਂ ਦਾ ਹੀ ਹੈ। ਪਰਿਵਾਰ ਨੇ ਦੱਸਿਆ ਕਿ ਵਿਆਹ ਦੇ ਕੱਪੜੇ, ਜੋ ਕਿ ਵਿਆਹ ਵਾਲੇ ਕੱਪੜੇ ਸਨ, ਇੱਕ ਟਰੰਕ ਦੇ ਵਿੱਚ ਪਏ ਹੋਏ ਸਨ। ਚੋਰ ਉਹ ਵੀ ਨਾਲ ਲੈ ਗਏ ਅਤੇ ਜਦੋਂ ਉਹਨਾਂ ਨੇ ਦੇਖਿਆ ਕਿ ਚੋਰ 10,000 ਰੁਪਏ ਵੀ ਨਗਦ ਜੋ ਉਹਨਾਂ ਨੇ ਰੱਖੇ ਹੋਏ ਸਨ, ਕਿਉਂਕਿ ਹਰ ਇਨਸਾਨ ਘਰ ਵਿੱਚ ਥੋੜ੍ਹੀ ਬਹੁਤੀ ਨਗਦੀ ਤਾਂ ਰੱਖਦਾ ਹੀ ਹੈ ਤਾਂ ਜੋ ਲੋੜ ਮੁਤਾਬਕ ਕੰਮ ਆ ਸਕੇ, ਚੋਰ ਉਹ 10,000 ਰੁਪਈਆ ਵੀ ਚੱਕ ਕੇ ਲੈ ਗਏ। ਪਰ ਹੈਰਾਨੀ ਤਾਂ ਉਹਨਾਂ ਨੂੰ ਉਸ ਵਕਤ ਹੋਈ ਔਰ ਜੋ ਪਰਿਵਾਰਕ ਮੈਂਬਰ ਇੱਕ ਲੇਡੀਜ਼ ਨੇ ਦੱਸਿਆ ਕਿ ਬਹੁਤ ਹੀ ਹੈਰਾਨੀ ਹੋਈ ਅਤੇ ਜਦੋਂ ਭਰਿਆ ਭਰਾਇਆ ਭਾਰਾ ਸਿਲੰਡਰ ਵੀ ਚੋਰੀ ਕਰਕੇ ਨਾਲ ਲੈ ਗਏ। ਬਸ ਜੇਕਰ ਕੁਝ ਛੱਡ ਗਏ ਤਾਂ ਚੋਰਾਂ ਨੇ ਸੋਚਿਆ ਕਿ ਇਹ ਚੀਜ਼ ਸਾਡੇ ਕਿਸ ਕੰਮ ਦੀ ਹੈ। ਜਿਹੜੀ ਚੀਜ਼ ਕੰਮ ਦੀ ਸੀ ਉਹ ਚੋਰ ਨਾਲ ਲੈ ਗਏ। ਇੱਕ ਆਧਾਰ ਕਾਰਡ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਟਰੰਕ ਵਿੱਚ ਪਏ ਹੋਏ ਸਨ, ਆਧਾਰ ਕਾਰਡ ਅਤੇ ਜ਼ਰੂਰੀ ਕਾਗਜ਼ ਪੱਤਰ ਜੋ ਵੀ ਸਨ ਉਹ ਚੋਰ ਵਿਹੜੇ ਦੇ ਵਿੱਚ ਸੁੱਟ ਗਏ ਸਨ। ਇਹ ਚੋਰੀਆਂ ਦਾ ਸਿਲਸਿਲਾ ਲਗਾਤਾਰ ਹੋ ਰਿਹਾ ਹੈ, ਲੇਕਿਨ ਇਹ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਪੁਲਿਸ ਵੱਲੋਂ ਬੇਸ਼ੱਕ, ਪ੍ਰਸ਼ਾਸਨ ਵੱਲੋਂ ਬੇਸ਼ੱਕ ਨਿੱਤ ਦਿਨ ਚੋਰ ਫੜੇ ਜਾਂਦੇ ਹਨ, ਲੁਟੇਰੇ ਫੜੇ ਜਾਂਦੇ ਹਨ, ਲੁੱਟਾਂ ਖੋਹਾਂ ਕਰਨ ਵਾਲੇ ਫੜੇ ਜਾਂਦੇ ਹਨ, ਪਰ ਇਹਨਾਂ ਦੀ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੀ ਜ਼ਮਾਨਤ ਜਲਦੀ ਹੋ ਜਾਂਦੀ ਹੈ, ਪਰ ਇਹ ਆਪਣੀ ਆਦਤ ਤੋਂ ਬਾਜ਼ ਨਹੀਂ ਆਉਂਦੇ ਅਤੇ ਮੁੜ ਤੋਂ ਦੁਬਾਰਾ ਫਿਰ ਚੋਰੀਆਂ ਕਰਦੇ ਸਨ। ਆਓ ਦੇਖਦੇ ਹਾਂ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਵਿਸ਼ੇਸ਼ ਰਿਪੋਰਟ। ਵੀਡੀਓ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ, ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਹਾਂਜੀ ਭੈਣ ਜੀ, ਕੀ ਨਾਮ ਤੁਹਾਡਾ? ਮਨਜੀਤ ਕੌਰ। ਇਹ ਤੁਹਾਡੇ ਪਰਿਵਾਰ ਦੇ ਮੈਂਬਰ ਹੀ ਆ? ਹਾਂਜੀ, ਮੈਂਬਰ ਹੀ ਆ। ਇਹ ਕਿੱਦਾਂ ਹੋਈ ਆ ਤੁਸੀਂ ਦੱਸੋ? ਇਹ ਭਾਜੀ ਸੁੱਤੇ ਪਏ ਸੀ ਇੱਥੇ ਬਾਹਰ। ਇੱਥੇ ਹੀ? ਹਾਂਜੀ। ਤੇ ਸੁੱਤਿਆਂ ਪਿਆ ਨੂੰ ਕੋਈ ਇਹਨਾਂ ਨੂੰ ਪਤਾ ਨੀ ਲੱਗਾ ਵੀ ਸਾਡੇ ਅੰਦਰ ਕੌਣ ਵੜ ਗਿਆ। ਕੁੰਡਾ ਖੁੱਲਾ ਆ, ਜਿੰਦਾ ਕੋਈ ਨੀ ਚਲਾਇਆ, ਖੁੱਲਾ ਰੱਖੀਦਾ ਸੀ। ਅੱਗੇ ਵੀ ਅਸੀਂ ਖੁੱਲਾ ਰੱਖੀਦਾ ਸੀ। ਹਾਂ, ਕਹਿੰਦੇ ਕੋਲੇ ਪਏ ਆ ਤੇ ਜਦੋਂ ਉੱਠ ਕੇ ਦੇਖਿਆ ਤੇ ਕਾਗਜ਼ਾਂ ਦਾ ਲਿਫਾਫਾ ਇੱਥੇ ਡਿੱਗਿਆ ਆ ਚੜੇ ਦੇ ਕੋਲ। ਜਦ ਚੜੇ ਕੋਲ ਜਿੱਥੋਂ ਇਹ, ਹਾਂ ਚੜੇ ਆ। ਹਾਂਜੀ ਹਾਂਜੀ। ਤੇ ਇਹਨਾਂ ਨੇ ਦੇਖਿਆ ਵੀ ਆ ਟਰੰਕ ਦੇ ਵਿੱਚ ਸੀਗਾ, ਇਹ ਬਾਹਰ ਕਿੱਦਾਂ ਪਿਆ ਇੱਥੇ। ਜਦ ਜਾ ਕੇ ਅੰਦਰ ਦੇਖਿਆ ਤਾਂ ਟਰੰਕ ਹੈ ਨਾ ਸਰ। ਤੇ ਜਦ ਮੈਨੂੰ ਵੋਟੀ ਗਈ ਨੱਠੀ, ਕਹਿੰਦੇ ਮੰਮੀ ਸਾਡਾ ਸਿਲੰਡਰ ਚੋਰੀ, ਟਰੰਕ ਚੋਰੀ ਹੋ ਗਿਆ। ਆਹੋ। ਤੇ ਜਦ ਮੈਂ ਬਾਹਰੋਂ ਅੰਦਰੋਂ ਆਏ ਕੇ ਦੇਖਿਆ ਤਾਂ ਨਾ ਟਰੰਕ ਨਾ ਸਿਲੰਡਰ। ਮੈਂ ਕਿਹਾ ਤੁਹਾਡਾ ਸਿਲੰਡਰ ਵੀ ਹੈ ਨੀ? ਕਹਿੰਦਾ ਸਿਲੰਡਰ ਵੀ ਚੋਰੀ ਹੋ ਗਿਆ। ਦੋਵੇਂ ਚੀਜ਼ਾਂ ਚੱਕ ਕੇ ਲੈ ਗਏ ਆ। ਵਿੱਚ 10,000 ਰੁਪਈਆ ਸੀ, ਮੁੰਡੇ ਦੇ ਕੰਗਣ ਸੀ, ਨਿਆਣਿਆਂ ਦੇ ਕੱਪੜੇ ਆ, ਆਹ ਕੁਛ ਲੈ ਅਲਮਾਰੀ। ਚੜੇ ਦੇ ਕੋਲੇ
ਅੱਛਾ ਇੱਥੇ ਚੜਨ ਲੱਗੇ ਸਿੱਟ ਗਏ ਕਿਤੇ ਲਾ ਕੇ ਕਿਤੇ ਉਹਨੇ ਖੋਲ ਕੇ ਦੇਖੇ ਹਾਂਜੀ ਇਹ ਜਿੰਦੇ ਲੱਗੇ ਹੋ ਆ ਰਾਤੀ ਸੁੱਤੇ ਪਏ ਸੀਗੇ ਇੱਥੇ ਬਾਹਰੇ ਸੀਗੇ 11 ਵਜੇ ਇੱਥੇ ਸੁੱਤੇ ਆ 11 ਵਜੇ ਅਜੇ ਆਏ ਮੈਨੂੰ ਕੁੜੀ ਕਹਿੰਦੀ ਡੱਠੀ ਕਹਿੰਦੀ ਮੰਮੀ ਬਾਹਰ ਚੋਰੀ ਹੋ ਗਈ ਚੋਰੀ ਕਰ ਦੀਆਂ ਮਗਰ ਮੈਂ ਇਹਨਾਂ ਤੇ ਆਈ ਆ ਜਾਂ ਦੇਖਿਆ ਟਰੰਕ ਹੈ ਨਾ ਜਾਂ ਮੈਂ ਕਿਹਾ ਸਿਲੰਡਰ ਵੀ ਹੈ ਨਾ ਤੁਸੀਂ ਹੁਣ ਕੀ ਬੀਬੀ ਮੰਗ ਕਰਦੇ ਹੋ ਮੰਗ ਅਸੀਂ ਇਹ ਕਰਦੇ ਆ ਵੀ ਸਾਡਾ ਸਿਲੰਡਰ ਮਿਲਣਾ ਚਾਹੀਦਾ ਸਾਡੇ ਪੈਸੇ ਮਿਲਣੇ ਚਾਹੀਦੇ ਕੱਪੜੇ ਨਿਆਣਿਆਂ ਦੇ ਜ਼ਰੂਰੀ ਮਿਲਣੇ ਚਾਹੀਦੇ ਚੋਰਾਂ ਤੇ ਕਾਰਵਾਈ ਹਾਂਜੀ ਚੋਰਾਂ ਤੇ ਕਾਰਵਾਈ ਹੋਵੇ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਭਾਜੀ ਹੁਣ ਸਾਡੇ ਨਾ ਹਸਬੈਂਡ ਆਉਂਦੇ ਆ ਤੇ ਅਸੀਂ ਆਇਆ ਤੇ ਕਰਨੀ ਆ ਲਾਈਆਂ ਵੀ ਦੋ ਤਿੰਨ ਚਪੇੜਾਂ ਉਹ ਫੇਰ ਖੇਤੋਂ ਖੇਤੀ ਭੱਜ ਗਿਆ ਛੁੱਟ ਕੇ ਭੱਜ ਗਿਆ ਚੋਰੀ ਕੀਤੀ ਹੁੰਦੀ ਫੇਰ ਦੁਬਾਰਾ ਉਹਨੇ ਆਉਣਾ ਨਹੀਂ ਸੀ ਇੱਥੇ ਉਹ ਸਮਾਨ ਲੈ ਕੇ ਆਇਆ ਨਸ਼ਾ ਲੈ ਕੇ ਆਇਆ ਸੀ ਕਹਿੰਦਾ ਮੈਂ ਸਮਾਨ ਲੈ ਕੇ ਆਇਆ ਕੋਈ ਨੀ ਤੁਸੀਂ ਕੰਪਲੇਂਟ ਚ ਵਿੱਚ ਲਿਖਾ ਦਿਓ ਹਾਂਜੀ ਹਾਂਜੀ ਭਾਜੀ ਕਿੱਧਰੋਂ ਆਏ ਚੋਰ ਇੱਧਰੋਂ ਆਏ ਕੰਨ ਟੱਪ ਗਿਆ ਆਰਾਮ ਨਾਲ ਪੱਕੀ ਨਾਲੇ ਏਦਾਂ ਜੀ ਆਏ ਆ ਇੱਧਰੋਂ ਏਦਾਂ ਆਏ ਅੰਦਰ ਨੂੰ ਤੇ ਤੁਸੀਂ ਕਿੱਥੇ ਪਏ ਸੀ ਅਸੀਂ ਇੱਥੇ ਪਏ ਸੀ ਆ ਮੰਜਾ ਡਾਇਆ ਕੂਲਰ ਲੱਗਾ ਆ ਹਾਂਜੀ ਹਾਂਜੀ ਅੰਦਰ ਹੋ ਗਿਆ ਇੱਥੋਂ ਦਰਵਾਜ਼ਾ ਖੁੱਲੇ ਆ ਖੁੱਲਾ ਸੀ ਉੱਥੇ ਕੁੰਡਾ ਲੱਗਾ ਸੀ ਹਾਂਜੀ ਇੱਥੋਂ ਸਿਲੰਡਰ ਪਹਿਲਾਂ ਚੱਕੇ ਉਹਨਾਂ ਨੇ ਹਾਂਜੀ ਇੱਥੋਂ ਆ ਕੇ ਟਰੰਕ ਚੱਕਿਆ ਟਰੰਕ ਭਰਿਆ ਸੀ ਹਾਂਜੀ ਇੱਧਰੋਂ ਹਲਵਾਰੀ ਜੋ ਹਾਂਜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ 9876369499 'ਤੇ ਫੋਨ ਕਰੋ 9876369499 'ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9876369499